ਸਤਿਗੁਰੂ ਜੀ ਏਮਨਾਬਾਦ ਦੀ ਪਾਵਨ ਧਰਤੀ ਦੇ ਉੱਪਰ ਜਿੱਥੇ ਭਾਈ ਲਾਲੋ ਨੂੰ ਤਾਰਿਆ, ਮਲਕ ਦਾ ਸੁਨੇਹਾ ਆਇਆ, ਮਲਕ ਭਾਗੋ ਨੇ ਸਤਿਗੁਰਾਂ ਨੂੰ ਚੰਦਨ ਦੀ ਚੌਂਕੀ 'ਤੇ ਬਹਾ ਕੇ ਆਖਿਆ, ਸੱਚੇ ਪਾਤਸ਼ਾਹ ਇਹ 36 ਪਦਾਰਥ ਮੈਂ ਆਪ ਜੀ ਵਾਸਤੇ ਤਿਆਰ ਕੀਤੇ ਹਨ। ਸਤਿਗੁਰੂ ਆਖਣ ਲੱਗੇ, ਐ ਮਲਕ, ਇਹਨਾਂ ਵਿੱਚ ਪਾਪ ਹੈ ਨਾ ਕਿ ਇਹਨਾਂ ਵਿੱਚ ਪੁੰਨ ਹੈ। ਸਤਿਗੁਰਾਂ ਨੇ ਇੱਕ ਹੱਥ ਦੇ ਵਿੱਚ ਮਲਕ ਭਾਗੋ ਦਾ ਪੂੜਾ ਲਿਆ ਅਤੇ ਦੂਸਰੇ ਹੱਥ ਵਿੱਚ ਭਾਈ ਲਾਲੋ ਦਾ ਕੋਦਰੇ ਦਾ ਪ੍ਰਸ਼ਾਦਾ ਲਿਆ। ਸਤਿਗੁਰਾਂ ਨੇ ਦੋਨਾਂ ਮੁੱਠੀਆਂ ਨੂੰ ਘੁੱਟਿਆ, ਇੱਕ ਵਿੱਚੋਂ ਲਹੂ ਅਤੇ ਦੂਸਰੇ ਵਿੱਚੋਂ ਦੁੱਧ ਇਉਂ ਵਗ ਤੁਰਿਆ। ਪਰ ਤੂੰ ਸਰਦਾਰ ਜਾਪਦਾ।